ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਫਤਿਹਗੜ੍ਹ ਚੂੜੀਆਂ ਵਿਖੇ DSP ਖੁਸ਼ਬੀਰ ਕੌਰ ਅਤੇ ਤਹਿਸੀਲਦਾਰ ਸਤਿੰਦਰ ਸਿੰਘ ਦੀ ਅਗਵਾਈ 'ਚ ਪੁਲਿਸ ਨੇ ਕੱਢਿਆ ਫਲੈਗ ਮਾਰਚ। ਫਤਿਹਗੜ੍ਹ ਚੂੜੀਆਂ 'ਚ ਕੱਢੇ ਗਏ ਫਲੈਗ ਮਾਰਚ ਪੰਜਾਬ ਪੁਲਿਸ ਦੇ ਨਾਲ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਸੀ। ਚੋਣਾਂ ਦੇ ਦੌਰਾਨ ਪੁਲਿਸ ਪੂਰੀ ਮੁਸ਼ਤੈਦੀ ਵਰਤੇਗੀ, ਕਿਹਾ ਖੁਸ਼ਬੀਰ ਕੌਰ ਅਤੇ ਸਤਿੰਦਰ ਸਿੰਘ ਤਹਿਸੀਲਦਾਰ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਅਤੇ ਬਟਾਲਾ ਪੁਲਿਸ ਜ਼ਿਲ੍ਹੇ ਦੀ SSP ਮੈਡਮ ਅਸ਼ਵਨੀ ਗੁਟਾਇਆ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਫਤਿਹਗੜ੍ਹ ਚੂੜੀਆਂ ਵਿਖੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤਹਿਸੀਲਦਾਰ ਸਤਿੰਦਰ ਸਿੰਘ ਅਤੇ DS ਖੁਸ਼ਬੀਰ ਕੌਰ ਦੀ ਅਗਵਾਈ 'ਚ ਫਤਿਹਗੜ੍ਹ ਚੂੜੀਆਂ ਦੇ ਬਾਜ਼ਾਰਾਂ 'ਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ DSP ਖੁਸ਼ਬੀਰ ਕੌਰ ਅਤੇ ਤਹਿਸੀਲਦਾਰ ਸਤਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕ ਸਭਾ ਚੋਣ ਅਮਨ ਸ਼ਾਂਤੀ ਨਾਲ ਕਰਵਾਉਣ ਨੂੰ ਲੈ ਕੇ ਫਤਿਹਗੜ੍ਹ ਚੂੜੀਆਂ 'ਚ ਫਲੈਗ ਮਾਰਚ ਕੱਢਿਆ ਗਿਆ ਹੈ। ਉਹਨਾਂ ਕਿਹਾ ਕਿ ਚੋਣਾਂ ਅਮਨ ਸ਼ਾਂਤੀ ਨਾਲ ਕਰਵਾਉਣ ਲਈ ਲੋਕ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਚੋਣਾਂ ਅਮਨ ਅਮਾਨ ਨਾਲ ਨਿਪਰੇ ਜਾਰੀਆਂ ਜਾ ਸਕਣ। ਉਹਨਾਂ ਕਿਹਾ ਕਿ ਅਗਰ ਕਿਸੇ ਨੇ ਸ਼ਾਂਤੀ ਨੂੰ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੋਕ ਸਭਾ ਇਲੈਕਸ਼ਨ ਆ ਗਈ ਜੀ, ਅਤੇ ਕਿਸ ਤਰ੍ਹਾਂ ਦੀ ਫਤਿਹਗੜ੍ਹ ਚੂੜੀਆਂ ਸਬ ਡਿਵੀਜ਼ਨ 'ਚ ਤੁਹਾਡੇ ਵੱਲੋਂ ਤਿਆਰੀ ਕੀਤੀ ਗਈ? ਜੀ, ਮੈਂ DSP ਖੁਸ਼ਬੀਰ ਕੌਰ ਫਤਿਹਗੜ੍ਹ ਚੂੜੀਆਂ ਸਬ ਡਿਵੀਜ਼ਨ ਦੇ ਵਿੱਚ ਪੋਸਟਡ ਹੈਗੀ ਹਾਂ, ਅਤੇ ਅੱਜ ਜਿਹੜਾ ਹੈਗਾ ਵਾ ਫਲੈਗ ਮਾਰਚ ਕੱਢਿਆ ਜਾ ਰਿਹਾ ਪੈਰਾਮਿਲਟਰੀ ਫੋਰਸ ਪਲੱਸ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਤਹਿਸੀਲਦਾਰ, ਉਹਨਾਂ ਦੇ ਨਾਲ ਮਿਲ ਕੇ ਜਿਹੜਾ ਹੈਗਾ ਜੁਆਇੰਟ ਅੱਜ ਫਲੈਗ ਮਾਰਚ ਕੱਢਿਆ ਜਾ ਰਿਹਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਪੂਰੀ ਸਬ ਡਿਵੀਜ਼ਨ ਦੇ ਵਿੱਚ। ਅਤੇ ਜਿਵੇਂ ਕਿ 2024 ਲੋਕ ਸਭਾ ਦੀ ਜਿਹੜੀਆਂ ਇਲੈਕਸ਼ਨਸ ਹੈਗੀਆਂ ਵਾ, ਅਤੇ ਉਹਦੇ ਵਿੱਚ ਕੱਲ੍ਹ ਦਾ ਕੋਡ ਆਫ ਕੰਡਕਟ ਜਿਹੜਾ ਸ਼ੁਰੂ ਹੋ ਗਿਆ ਹੈ ਸਾਡੇ ਆਲ ਓਵਰ ਇੰਡੀਆ ਦੇ ਵਿੱਚ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਫਲੈਗ ਮਾਰਚ ਦੇ ਤਹਿਤ ਲੋਕਾਂ ਨੂੰ ਜਿਹੜਾ ਹੈਗਾ ਸੁਚੇਤ ਕਰੀਏ ਅਤੇ ਅਵੇਅਰ ਕਰੀਏ ਇਸ ਇਲੈਕਸ਼ਨ ਦੇ ਸੰਬੰਧ ਵਿੱਚ ਕਿ ਉਹ ਪੀਸਫੁਲੀ ਸ਼ਾਂਤਮਈ ਢੰਗ ਦੇ ਨਾਲ ਜਿਹੜੀਆਂ ਇਲੈਕਸ਼ਨ ਜਿਹੜੀਆਂ ਕਰਵਾਈਆਂ ਜਾਣ। ਅਤੇ ਜਿਵੇਂ ਕਿ ਹੈਗੀਆਂ ਕੋਡ ਆਫ ਕੰਡਕਟ ਦੇ ਵਿੱਚ ਜੋ ਗਾਈਡਲਾਈਨਸ ਹੁੰਦੀਆਂ ਹੈ, ਅਤੇ ਉਹਨਾਂ ਦੇ ਗਾਈਡਲਾਈਨਸ ਦੇ ਅੰਡਰ ਜਿਹੜਾ ਹੈਗਾ ਵਾ ਇਹ ਜਿਹੜੇ ਲੋਕ ਹੈ ਸ਼ਾਂਤਮਈ ਢੰਗ ਦੇ ਨਾਲ ਪ੍ਰੋਪਰ ਤਰੀਕੇ ਨਾਲ ਜਿਹੜੇ ਹੈਗੇ ਆ ਇਲੈਕਸ਼ਨ ਕਰਵਾਉਣ। ਮੈਮ, ਇਲੈਕਸ਼ਨ ਨੂੰ ਕਾਫੀ ਸਮਾਂ ਹੈ ਸਾਡੇ ਪੰਜਾਬ 'ਚ, ਲਾਸਟ ਪੜਾਅ 'ਚ ਇਲੈਕਸ਼ਨ ਹੋ ਰਹੀ ਹੈ, ਅਤੇ ਕਾਫੀ ਲੰਮੇ ਹੈ ਪੁਲਿਸ ਵੱਲੋਂ, ਫਿਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ, ਕਿਸ ਤਰ੍ਹਾਂ ਦੀ ਲੰਮਾ ਸਮਾਂ ਹੋਣ ਕਰਕੇ ਪੁਲਿਸ ਨੂੰ ਮੁਸ਼ਕਲਾਂ ਵੀ ਆ ਸਕਦੀਆਂ? ਜੀ ਦੇਖੋ ਜੀ, ਆਪਾਂ ਜਿਹੜਾ ਹੈਗਾ ਲੋਅ ਐਂਡ ਆਰਡਰ ਹੈ ਉਹਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ, ਅਤੇ ਪਬਲਿਕ ਨੂੰ ਅਪੀਲ ਕਰਾਂਗੇ ਕਿ ਜਿਵੇਂ ਕਿ ਕੋਡ ਆਫ ਕੰਡਕਟ ਦੇ ਵਿੱਚ ਗਾਈਡਲਾਈਨਸ ਦਿੱਤੀਆਂ ਗਈਆਂ ਹੈਗੀਆਂ ਕਿ ਜਿਹੜਾ ਅਸਲਾ ਲਾਇਸੈਂਸ ਹੈ ਵੱਧ ਤੋਂ ਵੱਧ ਥਾਣੇ ਦੇ ਵਿੱਚ ਜਮ੍ਹਾਂ ਕਰਵਾਉਣ, ਅਤੇ ਜੋ ਗਾਈਡਲਾਈਨਸ ਹੈਗੀਆਂ ਉਹਦੇ ਅੰਡਰ ਜਿਹੜਾ ਹੈਗਾ ਕੰਮ ਕਰਨ, ਅਤੇ ਪਬਲਿਕ ਸਾਨੂੰ ਸਹਿਯੋਗ ਦੇਵੇ, ਅਤੇ ਅਸੀਂ ਵੱਧ ਤੋਂ ਵੱਧ ਫਲੈਗ ਮਾਰਚ ਕੱਢ ਕੇ ਅਤੇ ਪ੍ਰੋਪਰ ਜਿਹੜਾ ਹੈਗਾ ਇਹਨਾਂ ਨੂੰ ਪੀਸਫੁੱਲੀ ਮੇਨਟੇਨ ਜਿਹੜਾ ਲੋਅ ਐਂਡ ਆਰਡਰ ਮੇਨਟੇਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਤਹਿਸੀਲਦਾਰ ਸਾਹਿਬ, ਚੋਣਾਂ ਦਾ ਆ ਗਿਆ ਜੀ, ਡੇਟ ਆ ਗਈ, ਪੰਜਾਬ 'ਚ ਲਾਸਟ ਪੜਾਅ 'ਤੇ ਚੋਣਾਂ ਵਾ, ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ, ਕਿਸ ਤਰ੍ਹਾਂ ਦੀਆਂ ਤਿਆਰੀਆਂ? ਅੱਜ ਜਿਵੇਂ ਹੁਣੇ DSP ਮੈਮ ਨੇ ਦੱਸਿਆ ਕਿ ਅੱਜ ਸਾਡੇ ਵੱਲੋਂ ਜੁਆਇੰਟ ਮਾਰਚ ਪਾਸ ਜਿਹੜਾ ਹੈਗਾ ਕੱਢਿਆ ਜਾ ਰਿਹਾ, ਇਹਦਾ ਮੇਨ ਰੀਜ਼ਨ ਹੈ ਬਿਕੋਜ਼ ਕੱਲ੍ਹ ਤੋਂ ਮਾਡਲ ਕੋਡ ਆਫ ਕੰਡਕਟ ਜਿਹੜਾ ਹੈਗਾ ਇਲੈਕਸ਼ਨ ਦਾ ਉਹ ਲਾਗੂ ਹੋ ਚੁੱਕਾ ਹੈ। ਉਸ ਦੇ ਮੱਦੇਨਜ਼ਰ ਰੱਖਦੇ ਹੋਏ ਜਿਹੜੀ MCC ਦੀਆਂ ਗਾਈਡਲਾਈਨਸ ਨੇ, ਹੁਣ ਅਸੀਂ ਇੱਕ ਵਾਰੀ ਪੂਰੇ ਸ਼ਹਿਰ ਦਾ ਦੌਰਾ ਕੱਢਾਂਗੇ, ਜਿਹੜੀਆਂ ਵਾਇਲੇਸ਼ਨਸ ਜਿਹੜੀਆਂ ਪਾਈਆਂ ਗਈਆਂ ਵੀ ਵਿਲ ਟਰਾਈ ਟੂ ਰਿਮੂਵ ਦੈਮ, ਅਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਫਤਿਹਗੜ੍ਹ ਚੂੜੀਆਂ ਦੇ ਲੋਕ ਨੇ ਉਹ ਸਾਨੂੰ ਇਸ ਸਾਥ ਦੇਣਗੇ। ਪਲੱਸ ਮੇਰੀ ਅਪੀਲ ਵੀ ਹੈ ਲੋਕਾਂ ਨੂੰ ਕਿ ਜਿਹੜੀਆਂ ਗਾਈਡਲਾਈਨਸ ਨੇ, ਭਾਵੇਂ ਉਹ ਕੈਸ਼ ਨੂੰ ਲੈ ਕੇ ਨੇ, ਆਲਰੇਡੀ ਸਾਡੀਆਂ ਜਿਹੜੀਆਂ ਸਟੈਟਿਕ ਸਰਵੇਲੈਂਸ ਟੀਮ ਨੇ, ਭਾਵੇਂ ਉਹ ਕੈਸ਼ ਨੂੰ ਲੈ ਕੇ ਨੇ, ਭਾਵੇਂ ਉਹ ਲਿਖਤ ਨੂੰ ਲੈ ਕੇ ਨੇ, ਉਹ ਦੇ ਆਰ ਆਲਰੇਡੀ ਇਨ ਪਲੇਸ। ਜਿੰਨਾ ਵੱਧ ਤੋਂ ਵੱਧ ਹੋ ਸਕਦਾ ਤੁਸੀਂ ਪ੍ਰਸ਼ਾਸਨ ਦਾ ਸਾਥ ਦਿਓ, ਐਂਡ ਵੀ ਐਕਸਪੈਕਟ ਕਿ ਜਿਹੜੀ ਇਲੈਕਸ਼ਨ ਹੈ ਉਹ ਪੀਸਫੁਲ ਸ਼ਾਂਤੀਮਈ ਢੰਗ ਨਾਲ ਸਿਰੇ ਚੜ੍ਹੇ। ਥੈਂਕ ਯੂ।